ਇਸਤੇਮਾਲ ਕਰ ਪਾ ਰਹੇ ਨੇ। ਸੋ ਇਹ ਸਾਰੀ ਜਾਣਕਾਰੀ ਆਪਾਂ ਨਾਲ ਦੀ ਨਾਲ ਪੈਰਲਲ ਜਿਹੜਾ ਆ ਉਹ ਆਪਣੇ ਦਰਸ਼ਕਾਂ ਨਾਲ ਦੀਪਿਕਾ ਜੀ ਸਾਂਝੀ ਕਰਦੇ ਰਹਾਂਗੇ। ਸਥਿਤੀਆਂ ਪਲ ਪਲ ਬਦਲਦੀਆਂ, 7 ਸੀਟਾਂ 'ਤੇ ਕਾਂਗਰਸ ਅੱਗੇ, 3 'ਤੇ ਆਪ ਅਤੇ 3 'ਤੇ ਆਦਰਸ਼। ਹੁਣ 3 ਸੀਟਾਂ 'ਤੇ ਆਦਰਸ਼ ਅੱਗੇ ਨੇ ਦੀਪਿਕਾ ਜੀ। ਜੀ ਬਿਲਕੁਲ। ਔਰ ਜਸਵੀਰ ਜੀ, ਜਿਹੋ ਜਿਹੇ ਸਥਿਤੀ ਆਪਾਂ ਕਹਿ ਸਕਦੇ ਹਾਂ ਖਡੂਰ ਸਾਹਿਬ ਦੀ ਅਗਰ ਗੱਲ ਕਰ ਲਈਏ ਤਾਂ ਬਣਾਈ ਗਈ ਸੀ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ। ਕਾਂਗਰਸ 'ਤੇ ਨਿਸ਼ਾਨੇ ਉਹਨੇ ਨਹੀਂ ਸਾਧੇ ਗਏ ਜਿੰਨੇ ਅੰਮ੍ਰਿਤਪਾਲ ਸਿੰਘ ਹੋਣਾਂ 'ਤੇ ਸਾਧੇ ਗਏ। ਔਰ ਰੈਲੀਆਂ ਦੇ ਵਿੱਚ ਸਟੇਜ ਤੋਂ ਜੇਕਰ ਨਿਸ਼ਾਨਾ ਸੁਖਬੀਰ ਬਾਦਲ ਨੇ ਸਾਧਿਆ ਤਾਂ ਉਹ ਵੀ ਅੰਮ੍ਰਿਤਪਾਲ ਸਿੰਘ ਹੋਣਾਂ 'ਤੇ, ਪਰ ਮੁਕਾਬਲਾ ਜੇਕਰ ਗੱਲ ਕਰ ਲਈ ਜਾਵੇ ਤਾਂ ਉੱਥੇ ਅੰਮ੍ਰਿਤਪਾਲ ਸਿੰਘ ਵਰਸਿਸ ਕੁਲਬੀਰ ਜ਼ੀਰਾ ਨਜ਼ਰ ਆ ਰਿਹਾ ਹੈ। ਮਤਲਬ ਦੂਸਰੇ ਨੰਬਰ 'ਤੇ ਵਿਰਸਾ ਸਿੰਘ ਵਲਟੋਹਾ ਨਜ਼ਰ ਨਹੀਂ ਆ ਰਹੇ, ਦੂਸਰੇ ਨੰਬਰ 'ਤੇ ਕੁਲਬੀਰ ਜ਼ੀਰਾ ਨਜ਼ਰ ਆ ਰਹੇ ਨੇ। ਹਾਲਾਂਕਿ ਕੁਲਬੀਰ ਜ਼ੀਰਾ ਇੱਕ ਵਾਰ ਵੀ ਲੀਡ ਨਹੀਂ ਕਰ ਸਕੇ, ਪਰ ਉਹਨਾਂ ਨੇ ਆਪਣੇ ਦੂਸਰੇ ਨੰਬਰ ਦਾ ਜੋ ਮੁਕਾਬਲਾ ਹੈ ਉਹ ਬਣਾ ਕੇ ਰੱਖਿਆ ਹੋਇਆ ਹੈ। ਅੰਮ੍ਰਿਤਪਾਲ ਸਿੰਘ ਉੱਥੋਂ ਲਗਾਤਾਰ ਲੀਡ ਕਰ ਰਹੇ ਨੇ। ਅਕਾਲੀ ਦਲ ਜੋ ਕਿ ਕਈ ਤਰ੍ਹਾਂ ਦੇ ਦਾਅਵੇ ਖਡੂਰ ਸਾਹਿਬ ਨੂੰ ਲੈ ਕੇ ਕਰਦਾ ਹੋਇਆ ਨਜ਼ਰ ਆਇਆ ਸੀ, ਔਰ ਜਿਸ ਤਰ੍ਹਾਂ ਦੀ ਪਕੜ ਦੀ ਗੱਲ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ, ਅਕਾਲੀ ਦਲ ਦੀ ਸਥਿਤੀ ਨੂੰ ਇੱਥੇ ਕਿਵੇਂ ਦੇਖਦੇ ਹੋ? ਦੀਪਿਕਾ ਜੀ, ਮੈਨੂੰ ਲੱਗਦਾ ਕਿ ਇੱਥੇ ਇੱਕ ਚੀਜ਼ ਸਾਨੂੰ ਸਮਝਣੀ ਪਏਗੀ, ਕਿਉਂਕਿ ਪੰਥਕ ਸੀਟ ਆ ਔਰ ਪੰਥਕ ਸੀਟ ਦੇ ਉੱਤੇ ਪੰਥਕ ਵੋਟ ਬੈਂਕ ਜਿਹੜਾ ਆ ਉਹਦੇ ਉੱਤੇ ਨਜ਼ਰ ਸਾਰਿਆਂ ਦੀ ਹੈਗੀ ਆ, ਔਰ ਪੰਥਕ ਵੋਟ ਬੈਂਕ ਦੇ ਜੇ ਸਾਰਿਆਂ ਦੀ ਨਜ਼ਰ ਆ ਇਹਦਾ ਮਤਲਬ ਇੱਕ ਚੀਜ਼ ਸਾਨੂੰ ਇਹ ਵੀ ਤਾਂ ਸਮਝਣੀ ਪਏਗੀ ਅਤੇ ਉਹੀ ਪੰਥਕ ਵੋਟ ਬੈਂਕ ਫਿਰ ਵੰਡਿਆ ਵੀ ਤਾਂ ਜਾਣਾ ਹੀ ਆ ਨਾ, ਅਤੇ ਵੰਡਿਆ ਕਿਹਨਾਂ ਦੇ ਵਿੱਚ ਜਾਣਾ ਆ? ਜਿਹੜੇ ਪੰਥਕ ਚਿਹਰੇ ਨੇ, ਜਿਹੜੇ ਆਪਣੇ ਆਪ ਨੂੰ ਪੰਥਕ ਪਾਰਟੀਆਂ ਜਾਂ ਧਿਰਾਂ ਦੱਸਦੇ ਨੇ। ਅਕਾਲੀ ਦਲ ਦੀ ਤਾਂ ਵੋਟ ਵੰਡੀ ਜਾਣੀ ਹੈ ਨਾ, ਪਿਛਲੀ ਵਾਰੀ ਵੀ ਤਾਂ ਇੰਝ ਹੀ ਹੋਇਆ ਸੀਗਾ, ਬੀਬੀ ਪਰਮਜੀਤ ਕੌਰ ਖਾਲੜਾ ਅਤੇ ਬੀਬੀ ਜਗੀਰ ਕੌਰ ਦੇ ਵਿੱਚ ਵੋਟ ਵੰਡੀ ਗਈ ਸੀ, ਉਹਦਾ ਲਾਭ ਕਿਹਨੂੰ ਹੋਇਆ ਸੀ? ਜਸਬੀਰ ਸਿੰਘ ਡਿੰਪਾ ਹੋਰੀ ਜਿੱਤ ਜਾਂਦੇ ਆ ਇਸ ਸੀਟ ਤੋਂ। ਇਸ ਵਾਰ ਵੀ ਇਹ ਨੁਕਸਾਨ ਜਿਹੜਾ ਹੋ ਰਿਹਾ ਉਹ ਅਕਾਲੀ ਦਲ ਨੂੰ ਹੋ ਰਿਹਾ, ਉਹਦੀ ਵੋਟ ਟੁੱਟ ਰਹੀ ਆ, ਪੰਥ ਦੇ ਨਾਮ ਦੇ ਉੱਤੇ ਉਹਦੀ ਵੋਟ ਟੁੱਟ ਰਹੀ ਆ। ਔਰ ਕਾਂਗਰਸ ਦਾ ਕੈਡਰ ਕਾਂਗਰਸ ਦੇ ਨਾਲ ਜੇ ਜੁੜਿਆ ਹੋਇਆ ਹੈਗਾ ਆ ਜੀ, ਜੇ ਉਸ ਤਰੀਕੇ ਨਾਲ ਨਹੀਂ ਟੁੱਟਿਆ, ਅਜੇ ਮੈਨੂੰ ਲੱਗਦਾ ਕਿ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਏਗਾ ਸਾਨੂੰ। ਇੱਥੇ ਸਿਚੁਏਸ਼ਨ ਕੁਝ ਤੁਹਾਨੂੰ ਬਦਲਦੀ ਨਜ਼ਰ ਆਏਗੀ, ਜੇ ਬਦਲੀ ਤਾਂ ਫਿਰ ਪਿਛਲੀ ਵਾਰ ਵਾਲਾ ਹੀ ਕੰਮ ਹੋ ਸਕਦਾ ਕਿ ਲਾਭ ਕੋਈ ਹੋਰ ਖੱਟ ਗਿਆ, ਲੜਾਈ ਕਿਸੇ ਹੋਰ ਦੀ, ਲਾਭ ਕੋਈ ਹੋਰ ਖੱਟ ਗਿਆ। ਇਹ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਨਜ਼ਰ ਆ ਸਕਦੀਆਂ ਨੇ, ਪਰ ਫਿਲਹਾਲ ਜਿਸ ਹਿਸਾਬ ਨਾਲ ਅੰਮ੍ਰਿਤਪਾਲ ਸਿੰਘ ਨੇ ਆਪਣੀ ਲੀਡ ਬਕਾਇਦਾ ਜਿਹੜੀ ਹੈ ਉਹ ਬਰਕਰਾਰ ਰੱਖੀ ਹੋਈ ਹੈ, ਇਹ ਤਾਂ ਨਤੀਜਿਆਂ ਵਾਲੇ ਪਾਸੇ ਨੂੰ ਤਕਰੀਬਨ ਕਹਿ ਸਕਦੇ ਕਿ ਜੇ ਵੱਧਦੇ ਨੇ ਤਾਂ ਇਹ ਦਿਲਚਸਪ ਸਿਚੁਏਸ਼ਨ ਹੋਏਗੀ। ਔਰ ਉਹਦੇ ਤੋਂ ਬਾਅਦ ਫਿਰ ਸਵਾਲ ਇਹ ਉੱਠਣਗੇ, ਬੰਦਾ ਜਿੱਤ ਤਾਂ ਗਿਆ, ਜੇਲ੍ਹ 'ਚ ਬੈਠਾ ਕੀ NSA ਹਟਾ ਦਿੱਤਾ ਜਾਏਗਾ? ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਜਾਏਗਾ? ਜੇਲ੍ਹ ਤੋਂ ਬਾਹਰ ਆ ਜਾਏਗਾ ਅਤੇ ਜਿੱਤ ਜਾਂਦਾ, ਅਤੇ ਫਿਰ ਜਿੱਤਣ ਤੋਂ ਬਾਅਦ ਪਾਰਲੀਮੈਂਟ 'ਚ ਜਦੋਂ ਅੰਮ੍ਰਿਤਪਾਲ ਸਿੰਘ ਜਾਏਗਾ ਅਤੇ ਪੰਜਾਬ ਦੇ ਕਿਹੜੇ ਮੁੱਦੇ ਉਭਾਰੇਗਾ, ਕਿਹੜੀਆਂ ਗੱਲਾਂ ਕਰੇਗਾ, ਜਿਨ੍ਹਾਂ ਲੋਕਾਂ ਨੇ ਵੋਟ ਪਾ ਕੇ ਜਿਤਾਇਆ ਆ ਉਹ ਕਿਸ ਤਰੀਕੇ ਨਾਲ ਚੀਜ਼ਾਂ ਅੱਗੇ ਵਧਣਗੀਆਂ, ਇਹ ਸਾਰਾ ਕੁਝ ਅੱਗੇ ਫਿਰ ਭਵਿੱਖ ਦੇ ਲਈ ਸਵਾਲ ਰਹਿਣ ਵਾਲੇ ਨੇ। ਪਰ ਫਿਲਹਾਲ ਦੀ ਘੜੀ ਸਿਚੁਏਸ਼ਨ ਜਿਹੜੀ ਆ ਉਹ ਬੜੀ ਦਿਲਚਸਪ ਆ। 260 ਸੀਟਾਂ ਦੇ ਉੱਤੇ ਇਸ ਸਮੇਂ NDA ਅੱਗੇ ਚੱਲਦਾ ਪਿਆ, 234 ਸੀਟਾਂ ਦੇ ਉੱਤੇ ਜਿਹੜਾ ਆ ਉਹ ਇਸ ਸਮੇਂ ਇੰਡੀਆ ਬਲੋਕ ਅੱਗੇ ਚੱਲਦਾ ਪਿਆ। ਔਰ UP ਦੇ ਵਿੱਚ SP 36 ਅਤੇ ਕਾਂਗਰਸ 37 ਸੀਟਾਂ ਦੇ ਉੱਤੇ ਅੱਗੇ ਚੱਲ ਰਹੀ ਹੈ, ਅਤੇ 36 ਸੀਟਾਂ ਦੇ ਉੱਤੇ ਜਿਹੜੀ ਆ ਉਹ BJP ਅੱਗੇ ਚੱਲਦੀ ਪਈ। ਮਤਲਬ UP ਦੇ ਵਿੱਚ ਇਸ ਸਮੇਂ ਇੰਡੀਆ ਬਲੋਕ ਲੀਡ ਕਰ ਰਿਹਾ ਬਹੁਤੀਆਂ ਸੀਟਾਂ ਦੇ ਉੱਤੇ, ਅਤੇ UP ਇਕਲੌਤਾ ਸੂਬਾ ਆ ਜਿੱਥੋਂ ਭਾਜਪਾ ਚੌਖੀ ਲੀਡ ਲੈ ਕੇ ਜਾਂਦੀ ਹੈ। ਪਿਛਲੀ ਵਾਰੀ 62 ਸੀਟਾਂ ਜਿੱਤੀਆਂ ਸੀਗੀਆਂ, ਉਹਦੇ ਤੋਂ ਪਹਿਲਾਂ 70 ਦੇ ਕਰੀਬ ਸੀਟਾਂ 2014 ਦੇ ਵਿੱਚ ਜਿੱਤੀਆਂ ਸੀਗੀਆਂ। ਔਰ ਐਤਕੀ ਐਗਜ਼ਿਟ ਪੋਲ ਕਹਿੰਦੇ ਸੀਗੇ ਕਿ 70 ਸੀਟਾਂ ਤੱਕ ਜਿਹੜਾ ਉਹ NDA ਜਿੱਤ ਸਕਦਾ ਆ ਇਸ ਸੀਟ ਦੇ ਉੱਤੋਂ। ਸੋ ਇਸ ਕਰਕੇ ਇਹ ਹੁਣ ਸਿਚੁਏਸ਼ਨ ਜਿਹੜੀ ਆ ਉਹ ਬੜੀ ਦਿਲਚਸਪ ਬਣੀ ਆ। ਕੁਰੂਕਸ਼ੇਤਰ ਤੋਂ BJP ਦੇ ਨਵੀਨ ਜਿੰਦਲ ਅੱਗੇ ਚੱਲਦੇ ਪਏ ਨੇ, ਜਲੰਧਰ ਦੇ ਵਿੱਚ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਜਿਹੜੇ ਉਹ ਅੱਗੇ ਚੱਲਦੇ ਪਏ ਨੇ, ਨਵੀਨ ਜਿੰਦਲ ਹੋਰੀ
ਉਹ ਨੇ ਜਿਨ੍ਹਾਂ ਨੇ ਕਾਂਗਰਸ ਛੱਡੀ ਅਤੇ ਕਾਂਗਰਸ ਛੱਡਣ ਤੋਂ ਬਾਅਦ ਉਹਨਾਂ ਨੇ ਜੁਆਇਨ ਕੀਤੀ ਭਾਰਤੀ ਜਨਤਾ ਪਾਰਟੀ, ਅਤੇ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਜਿਹੜਾ ਉਹ ਕੈਂਡੀਡੇਟ ਬਣਾਇਆ। ਔਰ ਨਵੀਨ ਜਿੰਦਲ ਹੋਰਾਂ ਦੀ ਪਿਛਲੇ ਦਿਨੀ ਇੱਕ ਵੀਡੀਓ ਵੀ ਆਈ ਸੀਗੀ ਵੋਟਿੰਗ ਤੋਂ ਬਾਅਦ। ਵੀਡੀਓ ਕਦੋਂ ਆਈ ਸੀਗੀ? ਵੀਡੀਓ ਉਸ ਦੌਰ ਦੇ ਵਿੱਚ ਆਉਂਦੀ ਹੈ ਜਦੋਂ ਰਾਮ ਰਹੀਮ ਦਾ ਕੇਸ, ਉਹਦੇ ਉੱਤੇ ਫੈਸਲਾ ਰਣਜੀਤ ਸਿੰਘ ਦੇ ਕਤਲ ਵਾਲੇ ਮਾਮਲੇ ਦੇ ਵਿੱਚ ਆਉਂਦਾ। ਔਰ ਨਵੀਨ ਜਿੰਦਲ ਧੰਨਵਾਦ ਕਰਦਾ ਆ ਕਿ ਗੁਰੂ ਜੀ ਧੰਨਵਾਦ, ਤੁਸੀਂ ਸਾਡਾ ਸਾਥ ਦਿੱਤਾ, ਵੋਟ ਸਾਨੂੰ ਪਵਾਈ ਅਤੇ ਸ਼ੁਕਰੀਆ ਜਿਹੜਾ ਆਸ਼ੀਰਵਾਦ ਤੁਸੀਂ ਦਿੱਤਾ, ਉਹ ਬਕਾਇਦਾ ਧੰਨਵਾਦ ਕਰਦਾ। ਅਤੇ ਮੈਨੂੰ ਲੱਗਦਾ ਕਿ ਇੱਥੇ ਡੇਰਾ ਫੈਕਟਰ ਦੀ ਗੱਲ ਤਾਂ ਲਗਭਗ ਕਰਨੀ ਬਣਦੀ ਆ। ਪੂਰਵਾਂਚਲ ਦੀਆਂ 27 ਦੇ ਵਿੱਚੋਂ ਸਿਰਫ 9 ਸੀਟਾਂ ਦੇ ਉੱਤੇ ਬੀਜੇਪੀ ਅੱਗੇ ਆ। ਯੂਪੀ ਦੇ ਵਿੱਚ ਇੱਕ ਵੱਡਾ ਝਟਕਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਨਜ਼ਰ ਆ ਰਿਹਾ। ਔਰ ਇਸ ਹਿਸਾਬ ਨਾਲ ਜੇ ਨਤੀਜਿਆਂ ਵੱਲ ਨੂੰ ਗੱਲ ਵੱਧਦੀ ਹੈ ਤਾਂ ਫਿਰ ਮੈਨੂੰ ਲੱਗਦਾ ਕਿ ਸਥਿਤੀਆਂ ਜਿਹੜੀਆਂ ਨੇ ਉਹ ਬੜੀਆਂ ਦਿਲਚਸਪ ਰਹਿਣ ਵਾਲੀਆਂ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਲਈ ਚਿੰਤਾ ਵਾਲੀ ਗੱਲ ਨਜ਼ਰ ਆ ਰਹੀ ਹੈ। ਉਹ 400 ਪਾਰ ਦਾ ਨਾਰਾ ਦੇਣ ਵਾਲੇ ਅਜੇ ਬਹੁਮਤ ਦੇ ਅੰਕੜੇ ਦੇ ਨੇੜੇ ਵੀ ਪੂਰੇ ਦਾ ਪੂਰਾ NDA ਪਹੁੰਚਦਾ ਨਜ਼ਰ ਨਹੀਂ ਆ ਰਿਹਾ। ਅਦਰਸ 20 ਸੀਟਾਂ ਦੇ ਉੱਤੇ ਅੱਗੇ। ਔਰ ਇੱਕ ਚੀਜ਼ ਹੋਰ ਬੜੀ ਦਿਲਚਸਪ ਦੇਖੋ ਦੀਪਿਕਾ ਜੀ, ਇਹਨੂੰ ਸਾਨੂੰ ਸਮਝਣਾ ਪਏਗਾ।